ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਅਤੇ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਇਸ ਪ੍ਰਕਾਸ਼ ਪੁਰਬ ਨੂੰ ਵਿਲੱਖਣ ਬਣਾਉਣ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਅਗਰ ਇੱਕੋ ਸਿੱਖ ਜਥੇਬੰਦੀ ਦੀ ਗੱਲ ਕਰੀਏ ਤਾਂ ਇਹ ਲਹਿਰ ਦੇਸ਼ਾਂ ਵਿਦੇਸ਼ਾਂ ਤੋਂ ਹੁੰਦੀ ਹੋਈ ਹੁਣ ਪੰਜਾਬ ਭਾਰਤ ਦੇ ਵਿੱਚ ਵੀ ਪਹੁੰਚ ਚੁੱਕੀ ਹੈ, ਜੋ ਨਾਨਕ ਨਾਮ ਲੇਵਾ ਜੰਗਲ ਲਗਾਉਣ ਦੇ ਵਿੱਚ ਜੁਟੀ ਹੋਈ ਹੈ। ਅਤੇ ਇਹ ਨਾਨਕ ਨਾਮ ਲੇਵਾ ਪਵਿੱਤਰ ਜੰਗਲ ਹਰ ਥਾਂ ਦੇ ਉੱਤੇ ਲਗਾਏ ਜਾ ਰਹੇ ਨੇ। ਹਾਲ ਹੀ ਦੇ ਵਿੱਚ ਇੱਕ ਜੰਗਲ ਸਥਾਪਿਤ ਕੀਤਾ ਗਿਆ ਪਿੰਡ ਤਲਵੰਡੀ ਮਲਕ ਸਮਾਣਾ ਵਿਖੇ, ਜਿੱਥੇ ਇੱਕੋ ਸਿੱਖ ਦੀ ਟੀਮ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਤੁਹਾਨੂੰ ਦੱਸ ਦਈਏ ਕਿ ਹਰ ਜੰਗਲ ਦੇ ਵਿੱਚ 550 ਪੇੜ ਲਗਾਏ ਜਾ ਰਹੇ ਨੇ ਅਤੇ ਇਹਨਾਂ ਪੇੜਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਕਿਸਮਾਂ ਸ਼ਾਮਿਲ ਨੇ ਅਤੇ ਇਹ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਹਰ ਪਾਸਿਓਂ ਬਚਾਉਂਦੇ ਨੇ। ਆਓ ਸੁਣਦੇ ਹਾਂ ਵੀਰ ਦੀ ਜ਼ੁਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਤਲਵੰਡੀ ਮਲਿਕ ਸਮਾਣਾ ਵਿਖੇ ਗੁਰੂ ਨਾਨਕ ਪਵਿੱਤਰ ਜੰਗਲ ਦੀ ਜਿਹੜੀ ਕਾਰਵਾਈ ਹੈ ਸ਼ੁਰੂ ਹੋ ਚੁੱਕੀ ਹੈ। ਸਾਰੀਆਂ ਸੰਗਤਾਂ ਨੂੰ ਬਹੁਤ ਹੀ ਉਹ ਟ੍ਰੇਨਿੰਗ ਲੈ ਕੇ ਅਤੇ ਅੱਜ ਜਿਹੜੇ ਮੈਡਮ ਨੇ ਕਿਰਨ ਜੀ, ਜਿਹਨਾਂ ਤੁਸੀਂ ਦੇਖ ਰਹੇ ਹੋ ਸਕਰੀਨ 'ਤੇ, ਇਹਨਾਂ ਦੀ ਸਰਪ੍ਰਸਤੀ ਹੇਠ, ਇਹਨਾਂ ਦੀ ਸੁਪਰਵਿਜ਼ਨ ਦੇ ਹੇਠ ਕਾਰਵਾਈ ਜਿਹੜੀ ਹੈ ਸਟਾਰਟ ਹੋਈ ਆ। ਬੜੇ ਉਤਸ਼ਾਹ, ਡਿਫਰੈਂਟ ਨੇਟਿਵ ਸਪੀਸ਼ੀਜ਼ ਦੂਰੋਂ ਨੇੜਿਓਂ ਇੱਥੇ ਲਿਆਉਂਦੇ ਗਏ ਆ ਅਤੇ 31 ਪ੍ਰਜਾਤੀਆਂ ਦੇ ਵਿੱਚ ਇੱਥੇ ਹਰੜ ਵੀ ਆ, ਫਾਲਸਾ ਵੀ ਆ, ਫਲਾਈ ਵੀ ਆ, ਜੰਡ ਵੀ ਆ, ਕਿੱਕਰਾਂ ਵੀ ਆ, ਅੰਬ, ਨਿੰਮ, ਅਰਜਨ ਅਤੇ ਅਮਲਤਾਸ, ਹਾਰ ਸ਼ਿੰਗਾਰ ਅਤੇ ਰਜੈਣ, ਇਹ ਸਾਰੀਆਂ ਪ੍ਰਜਾਤੀਆਂ ਇੱਥੇ ਲਾਈਆਂ ਗਈਆਂ। ਅਤੇ ਇਹ ਵੀ ਦੱਸਣਾ ਮੈਂ ਚਾਹੁੰਦਾ ਕਿ ਗੁਰੂ ਨਾਨਕ ਸੈਕਰਡ ਫੋਰੈਸਟ ਜਿਹੜੀ ਹੈ 10 ਟਾਈਮਸ ਇਹ ਜਿਹੜੀ ਹੈ ਗਰੋਥ ਕਰਦੀ ਹੈ। 100% ਬਾਇਓਡਾਇਵਰਸ ਹੈ, 100% ਇਹ ਔਰਗੈਨਿਕ ਵੀ ਹੈ, 30% ਡੈਂਸ। ਸੋ ਗੁਰੂ ਨਾਨਕ ਪਵਿੱਤਰ ਜੰਗਲ ਜਿਹੜੇ ਆਪਣੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਲਾ ਰਹੇ ਅਤੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਇਹਦੇ 'ਚ ਦੁਪਹਿਰ ਦੇ 1 ਵੱਜਣ ਵਾਲੇ ਆ ਅਤੇ ਪੂਰੀ ਗਰਮੀ ਦੇ ਵਿੱਚ ਹੱਸ ਕੇ ਮੁਸਕਰਾ ਕੇ ਜਿਹੜੀ ਸੇਵਾ ਕਰ ਰਹੇ ਨੇ, ਵੈਲ ਡਨ। ਇਹ ਸਾਰੇ ਜਿਹੜੇ ਆਪਣੇ ਨੌਜਵਾਨ ਵੀਰ ਨੇ, ਲੈਟਸ ਸੀ। ਸੋ ਇੱਥੇ ਜਿਹੜਾ ਜੀਵ ਅੰਮ੍ਰਿਤ ਬੈਠ ਕੇ ਰਾਣ ਪੁੱਤਰ ਬਲੇਡ ਬੰਦ ਕਰੋ ਪਹਿਲੇ, ਬਲੇਡ ਬੰਦ ਕਰਕੇ ਮਿੱਠੇ, ਠੀਕ ਆ। ਬਹੁਤ ਪਿਆਰ ਅਤੇ ਪ੍ਰੋਟੈਕਸ਼ਨ ਦੇ ਨਾਲ ਜਿਹੜਾ ਇਹ ਪਲਾਂਟ ਲਗਾ ਰਹੇ ਨੇ। ਨਾਲ ਸਤਨਾਮ ਵਾਹਿਗੁਰੂ ਜਾਪ ਕਰੀ ਚੱਲੋ ਜੀ। ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸੋ ਨਾਲ ਹੀ ਜਿਹੜਾ ਪਲਾਸਟਿਕ ਦੇ ਜਿਹੜੇ ਪਾਊਚਿਸ ਨੇ ਉਹ ਫੋਰੈਸਟ ਤੋਂ ਇਮੀਡੀਏਟਲੀ ਬਾਹਰ ਨਿਕਾਲੇ ਜਾ ਰਹੇ। ਬਹੁਤ ਪਿਆਰ ਵਾਲੇ ਜਿਹੜੇ, ਸਤਿ ਸ਼੍ਰੀ ਅਕਾਲ ਜੀ, ਰਾਜਪਾਲ ਮਾਖਣੀ ਜੀ। ਮੈਂ ਤਾਂ ਸਿਰਫ ਦਰਸ਼ਨ ਹੀ ਘੋੜਾ, ਮੈਂ ਤਾਂ ਦੇਖ ਹੀ ਰਿਹਾ ਸਾਰਾ ਔਰ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਕਿ ਵੀ ਕਿਸ ਤਰ੍ਹਾਂ ਇਹ ਜੰਗਲ ਅਸੀਂ ਲਾ ਸਕਦੇ ਹਾਂ। ਬਹੁਤ ਵਧੀਆ ਉਪਰਾਲਾ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਸੋ ਫੋਰੈਸਟ ਦੇ ਵਿੱਚ ਵਿੱਚ ਇੱਕ ਰਸਤਾ ਬਣਾਇਆ ਗਿਆ, ਇੱਕ ਡਾਇਗਨਲ, ਜਿਹਦੇ ਥਰੂ ਮੈਂ ਵਾਕ ਕਰ ਰਿਹਾ ਤਾਂ ਕਿ ਇੱਥੇ ਕੋਈ ਵੀ ਸੱਜਣ ਇੱਥੇ ਆਉਣ, ਇੱਥੇ ਇਹਦੀ ਟੇਕ ਕੇਅਰ ਕਰਨ ਵਾਸਤੇ, ਇਹਨੂੰ ਪਾਣੀ ਦੇਣ ਵਾਸਤੇ ਇਹ ਸਾਰਾ ਰਸਤਾ ਰੱਖਿਆ ਗਿਆ। ਅਤੇ ਪੁਰਾਣੇ ਜਿਹੜੇ ਇੱਥੇ ਦਰਖਤ ਲੱਗੇ ਆ, ਜਿਵੇਂ ਇੱਥੇ ਲੱਗਿਆ ਤਰੇਕ ਦਾ, ਅਤੇ ਉਹਨੂੰ ਕੁਛ ਨਹੀਂ ਆਪਾਂ ਤੋੜਿਆ ਤੋੜਿਆ ਅਤੇ ਉੱਥੇ ਹੀ ਆ। ਗੁਰਪਿਆਰੋ, ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਸਾਡੇ ਨੇੜੇ ਤੇੜੇ ਜਿੱਥੇ ਵੀ ਖਾਲੀ ਜ਼ਮੀਨ ਪਈ ਹੋਵੇ, ਇਲਾਕਾ ਹੋਵੇ ਜਾਂ ਸ਼ਾਮਲਾਟ ਦੀ ਜ਼ਮੀਨ ਹੋਵੇ, ਤਾਂ ਉਸਨੂੰ ਖਾਲੀ ਰੱਖਣ ਦੀ ਥਾਂ 'ਤੇ ਅਸੀਂ ਉਸਦੇ ਉੱਤੇ ਕੁਝ ਅਜਿਹਾ ਕਰੀਏ ਕਿ ਸਾਡਾ ਆਲਾ ਦੁਆਲਾ ਸਾਫ਼ ਸੁਥਰਾ ਅਤੇ ਹਮੇਸ਼ਾ ਵਾਸਤੇ ਸੁਹੇਲਾ ਹੋ ਜਾਵੇ। ਇਸ ਲਈ ਅਗਰ ਤੁਹਾਡੇ ਇਲਾਕੇ ਦੇ ਵਿੱਚ ਵੀ ਕਿਤੇ ਅਜਿਹੀ ਜ਼ਮੀਨ ਖਾਲੀ ਹੈ ਤਾਂ ਤੁਸੀਂ ਇੱਕੋ ਸਿੱਖ ਦੇ ਨਾਲ ਸੰਪਰਕ ਕਰਕੇ ਨਾਨਕ ਨਾਮ ਲੇਵਾ ਅਜਿਹਾ ਪਵਿੱਤਰ ਜੰਗਲ ਆਪਣੇ ਇਲਾਕੇ ਦੇ ਵਿੱਚ ਵੀ ਲਗਵਾ ਸਕਦੇ ਹੋ। ਜੇਕਰ ਇਹਨਾਂ ਦੀ ਮਦਦ ਤੁਸੀਂ ਨਹੀਂ ਵੀ ਲੈਣੀ ਤਾਂ ਤੁਸੀਂ ਆਪ ਇੰਨਾ ਉੱਦਮ ਕਰ ਸਕਦੇ ਹੋ ਕਿ 550 ਪੇੜ ਆਪਣੇ ਇਲਾਕੇ
ਕੇ ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਮੁਹੱਲੇ ਦੇ ਵਿੱਚ ਕਿਤੇ ਵੀ ਲਗਾ ਕੇ ਅਜਿਹਾ ਇੱਕ ਜੰਗਲ ਸਥਾਪਿਤ ਕਰੋ ਤਾਂ ਜੋ ਤੁਹਾਡੀ ਕਾਲਨੀ, ਤੁਹਾਡੇ ਸ਼ਹਿਰ, ਪਿੰਡ ਦੇ ਲੋਕ ਹਮੇਸ਼ਾ ਯਾਦ ਰੱਖਣ ਕਿ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਇਸ ਸਥਾਨ 'ਤੇ ਇਹ ਜੰਗਲ ਸਥਾਪਿਤ ਕੀਤਾ ਗਿਆ ਸੀ ਅਤੇ ਹਰ ਕੋਈ ਦਿਲੋਂ ਇੱਕ ਧਾਰਮਿਕ ਭਾਵਨਾ ਦੇ ਨਾਲ ਉਸਦੀ ਸਾਂਭ ਸੰਭਾਲ ਕਰਦਾ ਰਹੇ। ਤੋ ਇਹ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਜੇਕਰ ਤੁਸੀਂ 550 ਸਾਲਾ ਪ੍ਰਕਾਸ਼ ਪੁਰਬ 'ਤੇ ਆਪਣੇ ਵੱਲੋਂ ਕੁਝ ਵੱਖਰਾ ਕਰਨ ਦੀ ਸੋਚ ਰਹੇ ਹੋ ਤਾਂ ਉਹ ਵੀ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।